ਅੱਜ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਜਿੱਥੇ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਹਰਿ ਰਾਏ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਵਧਾਈ ਦਿੱਤੀ ਗਈ, ਉੱਥੇ ਹੀ ਉਹਨਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨੌਜਵਾਨ ਪੀੜ੍ਹੀ ਵੱਲੋਂ ਬਣਾਏ ਜਾਣ ਵਾਲੀ ਟਿਕਟੌਕ ਵੀਡੀਓ ਦੇ ਸੰਬੰਧ ਵਿੱਚ ਬਿਆਨ ਦਿੰਦਿਆਂ ਕਿਹਾ ਕਿ ਬਹੁਤ ਹੀ ਮੰਦਭਾਗੀ ਗੱਲ ਹੈ, ਜੇਕਰ ਇਹ ਘਟਨਾਵਾਂ ਇੰਝ ਹੀ ਵਾਪਰਦੀਆਂ ਰਹੀਆਂ ਤਾਂ ਸ੍ਰੀ ਦਰਬਾਰ ਸਾਹਿਬ ਪ੍ਰਬੰਧਕਾਂ ਵੱਲੋਂ ਖਾਸ ਕਰ ਨੌਜਵਾਨ ਪੀੜ੍ਹੀ ਦੇ ਮੋਬਾਈਲ ਫੋਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲਿਜਾਣ ਦੀ ਪੂਰਨ ਤੌਰ 'ਤੇ ਮਨਾਹੀ ਹੋਵੇਗੀ। ਰਣਜੀਤ ਸਿੰਘ ਢੱਡਰੀਆਂਵਾਲੇ ਦੇ ਮਾਮਲੇ ਵਿੱਚ ਦੱਸਦਿਆਂ ਸਪਸ਼ਟ ਕੀਤਾ ਕਿ ਇਸ ਸੰਬੰਧ ਵਿੱਚ ਕਮੇਟੀ ਬਣਾਈ ਗਈ ਹੈ, ਜਲਦ ਹੀ ਰਿਪੋਰਟ ਆਉਣ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਸੰਸਾਰ ਭਰ ਵਿੱਚ ਘੱਟ ਗਿਣਤੀ ਸਿੱਖਾਂ ਦੇ ਨਾਲ ਹੋ ਰਹੀਆਂ ਘਟਨਾਵਾਂ ਸੰਬੰਧੀ ਚਿੰਤਾ ਜ਼ਾਹਿਰ ਕੀਤੀ। ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਅੱਜ ਸ੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਹੈ। ਸ੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਬਾਣੀ ਦਾ ਅਦਬ ਸਤਿਕਾਰ ਕਰਨਾ ਸਿਖਾਇਆ। ਸ੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਦੀ ਮਹਾਨ ਸਿੱਖ ਪੰਥ ਨੂੰ ਸਿੱਖ ਕੌਮ ਨੂੰ ਦੇਣ ਹੈ। ਮੈਂ ਇੱਕ ਵਾਰੀ ਫਿਰ ਸਾਰੀ ਸਿੱਖ ਸੰਗਤ ਨੂੰ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਬਹੁਤ ਬਹੁਤ ਵਧਾਈ ਦਿੰਦਾ ਔਰ ਬਾਣੀ ਤੇ ਬਾਣੀ ਦੀ ਚੱਲਣ ਦੀ ਜਿਹੜੀ ਹੈ ਉਹ ਅਪੀਲ ਕਰ ਧਾਰਮਿਕ ਬਣਨ ਦੀ ਅਪੀਲ ਕਰਦਾ ਕਿ ਅਸੀਂ ਆਓ ਗੁਰਬਾਣੀ ਨਾਲ ਜੁੜੀਏ। ਬਾਣੀ ਦੇ ਧਾਰਨੇ ਪੰਜ ਮੈਂਬਰੀ ਕਮੇਟੀ ਜਿੰਨਾ ਚਿਰ ਅੰਤਿਮ ਰਿਪੋਰਟ ਨਹੀਂ ਆਪਣੀ ਦਿੰਦੀ ਉਨਾ ਚਿਰ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਅੰਤਿਮ ਰਿਪੋਰਟ ਦੇਏਗੀ, ਉਸ ਤੋਂ ਬਾਅਦ ਅਸੀਂ ਵਿਚਾਰ ਨਹੀਂ। ਦੇਖੋ ਇਹ ਗੱਲਾਂ ਨਹੀਂ ਠੀਕ ਹੈਗੀਆਂ। ਇਹ ਹੈ ਕਿ ਜ਼ਿੰਮੇਵਾਰ ਉਹ ਹੈਗੇ ਨੇ ਤੇ ਰਲ ਮਿਲ ਕੇ ਬੈਠ ਕੇ ਆਪਸੀ ਸੰਵਾਦ ਦੇ ਜ਼ਰੀਏ ਜਿਹੜੇ ਕੋਈ ਮਸਲੇ ਹੈਗੇ ਸਾਡੇ ਜਾਂ ਕੋਈ ਸ਼ੰਕੇ ਹੈਗੇ ਆ ਉਹਨਾਂ ਨੂੰ ਇੱਕ ਦੂਜੇ ਨਾਲ ਵਿਚਾਰ ਕਰਕੇ ਨਿਵਰਤ ਕਰਨੇ ਚਾਹੀਦੇ ਆ ਜੀ। ਇਹਦੇ ਨਾਲ ਸਿੱਖਾਂ ਨੂੰ ਖਾਸ ਤੌਰ ਤੇ ਅਫਗਾਨਿਸਤਾਨ ਦੇ ਜਿਹੜੇ ਸਿੱਖ ਬੈਠੇ ਹੈਗੇ ਆ ਦਿੱਲੀ ਦੇ ਵਿੱਚ ਜਿਹਨਾਂ ਨੂੰ ਲੰਬੇ ਸਮੇਂ ਤੋਂ ਨਾਗਰਿਕਤਾ ਨਹੀਂ ਮਿਲੀ ਉਹਦੇ ਨਾਲ ਉਹਨਾਂ ਨੂੰ ਬੈਨੀਫਿਟ ਹੋਣਾ ਔਰ ਸਾਡੇ ਨਾਲ ਇਹ ਇਹਦੇ ਵਿੱਚ ਸਾਰੀਆਂ ਹੀ ਮਜ਼ਹਬਾਂ ਧਰਮਾਂ ਨੂੰ ਸ਼ਾਮਿਲ ਕੀਤਾ ਜਾਏ। ਮੁਸਲਮਾਨ ਬਾਹਰ ਰੱਖੇ ਆ ਉਹ ਠੀਕ ਨਹੀਂ ਸ਼ਾਮਿਲ ਕੀਤਾ ਜਾਏ। ਮਾੜੀ ਗੱਲ ਹੈ ਜੀ, ਘੱਟ ਗਿਣਤੀਆਂ ਨਾਲ ਅਤਿਆਚਾਰ ਕਿਸੇ ਵੀ ਮੁਲਕ 'ਚ ਹੁੰਦੇ ਆ, ਬੁਰੀ ਗੱਲ ਨਹੀਂ ਹੋਣੀ ਚਾਹੀਦੀ। ਦੇਖੋ ਅਸੀਂ ਚਾਹੁੰਦੇ ਹਾਂ ਕਿ ਸਿੱਖ ਸੰਗਤਾਂ ਜਿਹੜੀਆਂ ਬਿਨਾਂ ਕਿਸੇ ਪਰੇਸ਼ਾਨੀ ਤੋਂ ਖੁੱਲ੍ਹੇਆਮ ਗੈਰ ਸਿੱਖ ਸਿੱਖ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ, ਇਹਦੇ ਵਾਸਤੇ ਜਿਹੜਾ ਅਸੀਂ ਕਿਸੇ ਕਿਸਮ ਦੀ ਇਸ ਤਰ੍ਹਾਂ ਦੀ ਕੋਈ ਪਾਬੰਦੀ ਲਾਉਣ ਦੇ ਹੱਕ 'ਚ ਨਹੀਂ, ਪਰ ਜਿਸ ਤਰ੍ਹਾਂ ਦੀਆਂ ਘਟਨਾਵਾਂ ਆ ਰਹੀਆਂ ਟਿਕਟੌਕ 'ਤੇ ਤੇ ਮੈਨੂੰ ਲੱਗਦਾ ਕਿ ਭਵਿੱਖ ਦੇ ਵਿੱਚ ਮੋਬਾਈਲ ਅੰਦਰ ਜਾਣ ਤੇ ਪਾਬੰਦੀ ਲਾਉਣ ਬਾਰੇ ਸੋਚਣਾ ਪਏਗਾ। ਦੇਖੋ ਸੇਵਾਦਾਰ ਜਿਹੜੇ ਇੰਨੀ ਲੰਬੀ ਪ੍ਰਕਰਮਾ ਹੈਗੀ ਹੈ, ਪਤਾ ਲੱਗਿਆ ਕਿ ਸੇਵਾਦਾਰਾਂ ਦੇ ਕਈ ਲੋਕ ਜਿਹੜੇ ਆ ਸਿੱਖ ਸੰਗਤ ਜਿਹੜੀ ਆਈ ਹੈ ਜੇ ਉਹ ਫੋਟੋ ਵੀ ਖਿੱਚਦੇ ਤੇ ਉਹਨੂੰ ਉਹ ਰੋਕਦੇ ਆ ਕਿ ਤੇ ਉਹਦੇ ਗਲ ਪੈਣ ਤੱਕ ਵੀ ਜਾਂਦੇ, ਤੇ ਸਾਨੂੰ ਵੀ ਆਪ ਜਿਹੜਾ ਇਸ ਪੱਖੋਂ ਗੁਰੇਜ਼ਗਾਰੀ ਕਰਨੀ ਚਾਹੀਦੀ ਹੈ। ਸੇਵਾਦਾਰ ਲੱਗੇ ਹੋਏ ਨੇ, ਸੇਵਾਦਾਰ ਸਮਝਾਉਂਦੇ ਵੀ ਨੇ ਤੇ ਕਈ ਸਿੱਖ ਜਿਹੜੇ ਆ ਉਹ ਜਾਂ ਗੈਰ ਸਿੱਖ ਜਿਹੜੇ ਉਹ ਖੈਬੜਦੇ ਵੀ ਨੇ ਸੇਵਾਦਾਰਾਂ ਨਾਲ। ਇਹ ਬੜੀ ਵੱਡੀ ਸਮੱਸਿਆ ਤੇ ਜੇ ਇਸ ਤਰ੍ਹਾਂ ਕੰਮ ਨਾ ਰੋਕਿਆ ਤੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਖਿਆਲ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੋਬਾਈਲ ਖਾਸ ਤੌਰ ਤੇ ਨੌਜਵਾਨਾਂ ਦੇ ਮੋਬਾਈਲ ਅੰਦਰ ਜਾਣ ਤੇ ਰੋਕ ਲਾਉਣ ਬਾਰੇ ਸੋਚਣਾ ਪਏਗਾ। ਹਾਂ, ਸ੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅੱਜ ਪ੍ਰਕਾਸ਼ ਪੁਰਬ ਹੈ ਔਰ ਉਸ ਦੀਆਂ ਸਮੁੱਚੇ ਸਿੱਖ ਜਗਤ ਨੂੰ ਬਹੁਤ ਬਹੁਤ ਵਧਾਈਆਂ। ਸ੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਬਾਣੀ ਦਾ ਅਦਬ ਕਰਨਾ ਸਿਖਾਇਆ। ਉਹਨਾਂ ਨੇ ਕਿਹਾ ਕਿ ਜਿਨ ਭੈ ਬਾਣਾ ਅਦਬ ਨੂੰ ਧਾਰਾ ਜਾਣੇ ਸਿੱਖ ਹਮਾਰਾ, ਜਿਹਨੇ ਬਾਣੀ ਦਾ ਅਦਬ ਨਹੀਂ ਕੀਤਾ, ਬਾਣੀ ਦਾ ਸਤਿਕਾਰ ਨਹੀਂ ਕੀਤਾ, ਉਹ ਸਾਡਾ ਸਿੱਖ ਨਹੀਂ ਹੈ। ਸ੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਦੀਆਂ ਅੱਜ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵਾਜ਼ੇ ਕੌਮ ਟੀਵੀ ਲਈ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ।